ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਔਰ ਪੰਜਾਬ ਜੀਓਵਿਟੀ ਜੋਬਸ ਚੈਨਲ 'ਤੇ। ਔਰ ਮੈਂ ਤੁਹਾਡੇ ਲਈ ਅੱਜ ਨਿਊ ਰਿਕਰੂਟਮੈਂਟ ਲੈ ਕੇ ਆਈ ਹਾਂ ਜਿਹੜੀ ਕਿ ਪੰਜਾਬ ਦੇ ਵਿੱਚ ਆਈ ਹੋਈ ਹੈ। ਕਿੱਦਾਂ ਕੌਣ ਕੌਣ ਅਪਲਾਈ ਕਰ ਸਕਦੇ ਸਾਰਾ ਤੁਹਾਨੂੰ ਡਿਟੇਲ ਵਿੱਚ ਦੱਸਾਂਗੀ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਜ਼ਰੂਰ ਕਰ ਲਵੋ, ਨਾਲ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਨਾਂ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਔਰ ਦੱਸਣਾ ਚਾਹਾਂਗੀ ਲੋਕਲ ਗਵਰਨਮੈਂਟ ਦੀਆਂ ਵੈਕੈਂਸੀਜ਼ ਆਲਰੇਡੀ ਆਊਟ ਹੋ ਚੁੱਕਿਆ ਹੈ, ਉਹ ਮੈਂ ਆਪਣੀ ਦੂਸਰੇ ਚੈਨਲ 'ਤੇ ਅਪਡੇਟ ਕਰਕੇ ਆਈ ਹਾਂ। ਹੁਣੀ 4-5 ਨਵੇਂ ਨੋਟੀਫਿਕੇਸ਼ਨ ਆ ਗਏ ਆ ਪੰਜਾਬ ਜੀਓਵਿਟੀ ਜੋਬਸ ਚੈਨਲ, ਮੈਂ ਤੁਹਾਨੂੰ ਦਿਖਾ ਦਿੰਦੀ, ਉੱਥੇ ਜਾ ਕੇ ਚੈੱਕ ਕਰ ਲਓ। ਔਰ ਉਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ। ਤੁਸੀਂ ਮੀਤ ਅਕੈਡਮੀ ਦੇ ਹੋਮ ਪੇਜ 'ਤੇ ਜਾਓਗੇ ਨਾ, ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਕਲਿੱਕ ਕਰਨਾ ਤੁਸੀਂ ਆਈਕਨ ਦੇ, ਮੀਤ ਅਕੈਡਮੀ ਦੇ ਆਈਕਨ ਦੇ ਉੱਤੇ। ਉਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਆ ਪੰਜਾਬ ਜੀਓਵਿਟੀ ਜੋਬਸ ਚੈਨਲ, ਠੀਕ ਹੈ। ਇਹ ਚੈਨਲ ਹੈ, ਇੱਥੇ ਸਾਰੀ ਰਿਕਰੂਟਮੈਂਟ ਦੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਜਿਹੜੀ ਪੰਜਾਬ ਵਿੱਚ ਰੀਸੈਂਟਲੀ ਆਊਟ ਹੋਈਆਂ ਆ। ਸੋ ਇੱਕ ਮੇਰੇ ਕੋਲ ਕਮੈਂਟਸ ਆ ਰਹੇ ਸੀ ਪੰਜਾਬ ਜੀਓਵਿਟੀ ਜੋਬਸ ਨਾਮ ਤੋਂ ਸਾਡਾ ਕੋਈ ਹੋਰ ਚੈਨਲ ਵੀ ਹੈ, ਬਿਲਕੁਲ ਵੀ ਚੈਨਲ ਨਹੀਂ ਹੈ, ਉਹ ਬਿਲਕੁਲ ਫੇਕ ਚੈਨਲ ਹੈ, ਠੀਕ ਹੈ। ਤੋ ਉਹ ਤੁਹਾਡੀ ਆਪਣੇ 'ਤੇ ਡਿਪੈਂਡ ਕਰਦੇ, ਹੁਣ ਤੁਸੀਂ ਉਹਨੂੰ ਫੋਲੋ ਕਰਨਾ ਨਹੀਂ ਕਰਨਾ। ਉਹ ਪੰਜਾਬ ਦਾ ਚੈਨਲ ਵੀ ਨਹੀਂ ਹੈ, ਪੰਜਾਬ ਦੀ ਲੈਂਗੁਏਜ ਵੀ ਨਹੀਂ ਹੈ, ਬਿਹਾਰ ਦੀ ਲੈਂਗੁਏਜ ਹੈ। ਤੋ ਚਲੋ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ, ਇਹ ਤੁਸੀਂ ਵੈਕੈਂਸੀ ਜ਼ਰੂਰ ਜਾ ਕੇ ਚੈੱਕ ਕਰ ਲਿਓ, ਦੋਨੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ। ਤਾਂ ਚਲੋ ਫਰੈਂਡਸ, ਹੁਣ ਆਪਾਂ ਗੱਲ ਕਰਾਂਗੇ ਰਿਕਰੂਟਮੈਂਟ ਜਿਹੜੀ ਆਈ ਹੋਈ ਹੈ, ਕਿੱਦਾਂ ਤੁਸੀਂ ਅਪਲਾਈ ਕਰਨਾ, ਇਹਨਾਂ ਨੇ ਕੀ ਇਹਦੇ ਵਿੱਚ ਐਲੀਜੀਬਿਲਟੀ ਦੱਸੀ ਹੋਈ ਹੈ। ਇਹ ਜਿਹੜੀ ਭਰਤੀ ਆਈ ਹੋਈ ਹੈ ਜ਼ਿਲ੍ਹਾ ਪ੍ਰੋਗਰਾਮ ਅਫਸਰ ਪੰਜਾਬ ਵੱਲੋਂ ਆਈ ਹੋਈ ਹੈ, ਠੀਕ ਹੈ। ਔਰ ਇਹਨਾਂ ਨੇ ਦੇਖੋ ਦੱਸਿਆ ਜਿਹੜਾ ਇਹਨਾਂ ਦਾ ਮੈਂਸ਼ਨ ਐਡਰੈਸ ਹੈ, ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਮਾਜ ਭਲਾਈ ਕੰਪਲੈਕਸ ਨੇੜੇ ਗਿੱਲ ਨਹਿਰ ਸ਼ਿਮਲਾਪੁਰੀ ਲੁਧਿਆਣਾ। ਇੱਥੇ ਤੁਸੀਂ ਆਪਣੇ ਰਿਕੁਆਇਰਡ ਡਾਕੂਮੈਂਟ ਜਿਹੜੇ ਆ ਉਹ ਸੈਂਡ ਕਰ ਦੇਣੇ ਆ, ਠੀਕ ਹੈ। ਔਰ ਜੇ ਇਹਨਾਂ ਨੇ ਕਿਹਾ ਕਿ ਜਿਹੜੀ ਲਾਸਟ ਡੇਟ ਹੈ, ਅਗਰ ਉਸ ਦਿਨ ਛੁੱਟੀ ਆ ਜਾਂਦੀ ਹੈ ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਨੈਕਸਟ ਡੇ ਜਿਹੜੀ ਆ ਅਸੈਪਟੇਬਲ ਰਹੇਗੀ। ਔਰ ਜੇਕਰ ਤੁਸੀਂ ਐਲੀਜੀਬਲ ਹੋ ਅਪਲਾਈ ਕਰ ਸਕਦੇ ਆ, ਠੀਕ ਹੈ। ਔਰ ਇਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੀ ਵੈਕੈਂਸੀਆਂ ਹੈ ਕੰਟਰੈਕਚੁਅਲ ਰਹਿਣਗੀਆਂ ਔਰ ਬਾਅਦ ਵਿੱਚ ਰੈਗੂਲਰ ਹੋਣਗੀਆਂ। ਕਾਫੀ ਤਰ੍ਹਾਂ ਦੀਆਂ ਵੈਕੈਂਸੀ ਆਈਆਂ, ਜਿੱਦਾਂ ਕਿ ਜਿਹੜੀ ਪਹਿਲੀ ਪੋਸਟ ਆਈ ਹੋਈ ਹੈ ਉਹ ਪ੍ਰੋਟੈਕਸ਼ਨ ਆਫਿਸਰ ਦੀ ਹੈ, ਇਹ 'ਚ ਤੁਹਾਡੀ 21,000 ਰੁਪਏ ਸੈਲਰੀ ਰਹੇਗੀ, ਠੀਕ ਹੈ। ਔਰ ਮਾਸਟਰ ਜਿਹਨਾਂ ਨੇ ਕੀਤੀ ਹੋਈ ਹੈ ਸੋਸ਼ਲ ਵਰਕ ਦੇ ਵਿੱਚ, ਸਾਈਕਲੋਜੀ ਦੇ ਵਿੱਚ, ਚਾਈਲਡ ਡਿਵੈਲਪਮੈਂਟ ਦੇ ਵਿੱਚ, 55% ਮਾਰਕਸ ਦੇ ਨਾਲ ਉਹ ਇੱਥੇ ਅਪਲਾਈ ਕਰ ਸਕਦੇ ਨੇ। ਪਲੱਸ 3 ਸਾਲ ਦਾ ਐਕਸਪੀਰੀਅੰਸ ਇਹਨਾਂ ਨੇ ਮੰਗਿਆ ਹੋਇਆ। ਔਰ 120 ਘੰਟੇ ਦਾ ਜਿਹੜਾ ਕੰਪਿਊਟਰ ਕੋਰਸ ਤੁਸੀਂ ਜੇ ਕੀਤਾ ਆ ISO 9001:2000, ਠੀਕ ਹੈ, ਉੱਥੋਂ ਤੁਸੀਂ ਕੀਤਾ ਤੁਸੀਂ ਅਪਲਾਈ ਕਰ ਸਕਦੇ, ਜਾਂ ਤੁਸੀਂ ਅਗਰ PGDCA ਕੀਤੀ ਹੈ ਤਾਂ ਵੀ ਤੁਸੀਂ ਐਲੀਜੀਬਲ ਹੈ। 10ਵੀਂ ਕਲਾਸ ਤੁਹਾਡੀ ਪੰਜਾਬੀ ਸਬਜੈਕਟ ਨਾਲ ਹੋਣੀ ਜ਼ਰੂਰੀ ਹੈ। ਹਜੇ ਆਪਾਂ ਗੱਲ ਕੀਤੀ ਹੈ ਪਹਿਲੀ ਪੋਸਟ ਦੀ, ਠੀਕ ਹੈ। ਦੂਜੀ ਜਿਹੜੀ ਪੋਸਟ ਆਈ ਹੈ ਉਹ ਕੌਂਸਲਰ ਦੀ ਹੈ, ਇਹਦੇ ਲਈ 17,500 ਸੈਲਰੀ ਰਹੇਗੀ। ਪਹਿਲੀ ਪੋਸਟ ਜਿਹੜੀ ਹੈ ਉਹਦੇ ਲਈ 1 ਪੋਸਟ ਹੈ ਔਰ ਦੂਸਰੀ ਦੇ ਲਈ 2 ਪੋਸਟ ਹੈ। ਇਹਨਾਂ ਨੇ ਇਹਦੇ ਵਿੱਚ ਵੀ ਮਾਸਟਰ ਡਿਗਰੀ ਮੰਗੀ ਹੈ, ਸੇਮ ਇਹਨਾਂ ਨੇ ਇਹਦੇ ਵਿੱਚ ਐਲੀਜੀਬਿਲਟੀ ਮੰਗੀ ਹੈ, ਤੁਸੀਂ ਵੇਖ ਸਕਦੇ ਹੋ ਤਿੰਨਾਂ ਲਈ ਸੇਮ ਐਲੀਜੀਬਿਲਟੀ ਹੈ। ਔਰ ਪ੍ਰੋਬੇਸ਼ਨ ਆਫਿਸਰ, ਚਾਈਲਡ ਵੈਲਫੇਅਰ ਆਫਿਸਰ ਦੀ 17,500 ਸੈਲਰੀ ਰਹੇਗੀ ਔਰ 2 ਪੋਸਟਾਂ ਨੇ, ਠੀਕ ਹੈ। ਔਰ ਐਡਰੈਸ ਮੈਂ ਤੁਹਾਨੂੰ ਆਲਰੇਡੀ ਦੱਸ ਹੀ ਦਿੱਤਾ, ਜਿਹੜਾ ਆਹ ਵਾਲਾ ਐਡਰੈਸ ਹੈ ਨਾ, ਇਸ ਐਡਰੈਸ 'ਤੇ ਤੁਸੀਂ ਜਿਹੜੇ ਆਪਣੇ ਰਿਕੁਆਇਰਡ ਡਾਕੂਮੈਂਟ ਭੇਜਣੇ ਆ, ਠੀਕ ਹੈ, 30 ਜਨਵਰੀ ਤੱਕ। ਜੇ ਉਸ ਦਿਨ ਛੁੱਟੀ ਹੁੰਦੀ ਹੈ ਤਾਂ 31 ਜਨਵਰੀ ਨੂੰ ਤੁਹਾਡੇ ਜਿਹੜੇ ਅਸੈਪਟੇਬਲ ਹੋਣਗੇ। ਔਰ ਕੰਟਰੈਕਟ ਪੀਰੀਅਡ ਤੁਹਾਡਾ ਜਿਹੜਾ ਰਹੇਗਾ 31 ਮਾਰਚ 2020 ਤੱਕ ਰਹੇਗਾ, ਠੀਕ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਤਾ, ਤੁਸੀਂ ਐਲੀਜੀਬਲ ਹੋ ਤਾਂ ਜ਼ਰੂਰ ਅਪਲਾਈ ਕਰਨਾ। ਵੀਡੀਓ ਨੂੰ ਲਾਈਕ ਕਰੋ।